ਫੋਰ ਵੀਲ ਵਾਸਤੇ ਥੋੜ੍ਹੀ ਪਾਵਰ ਐਕਸਟਰਾ ਚਾਹੀਦੀ ਸੀ। ਵੈਸੇ ਇਹ ਹੁੰਦਾ ਕਿੰਨੇ ਆਸ ਪਾਵਰ ਦਾ, ਮਤਲਬ 47 ਆਸ ਪਾਵਰ ਦਾ ਹੁੰਦਾ ਨਾ ਬਾਈ ਜੀ? 47 HP ਹੁੰਦਾ ਜੀ ਕਾਪੀ ਦੇ ਵਿੱਚ ਤਾਂ। ਹਾਂਜੀ, ਉਵੇਂ ਹੁੰਦਾ 50 ਦੇ ਕਰੀਬ ਹੈਗਾ, ਮਤਲਬ 50 ਦੇ ਕਰੀਬ ਜ਼ੋਰ ਮਾਰਦਾ। ਹਾਂਜੀ ਹਾਂ। ਤੇ ਟਰਬੋ ਲਾ ਕੇ ਫਿਰ ਕਿੰਨੇ ਕੁ ਦਾ ਬਣ ਜਾਂਦਾ? ਟਰਬੋ ਹੁਣ ਕਰੀਬਨ ਕਰੀਬਨ 65 ਤੋਂ 70 ਦੇ ਵਿੱਚ ਹੈ ਜੀ। 65 ਤੋਂ 70 ਹਾਰਸ ਪਾਵਰ ਦੇ ਵਿੱਚ ਬਣ ਗਿਆ। ਹਾਂਜੀ ਠੀਕ ਹੈ। ਇਹ ਬਾਈ ਇੰਜਣ ਦਾ ਕੰਮ ਵੀ ਕੀਤਾ ਹੋਊਗਾ ਫਿਰ ਤੁਸੀਂ? ਨਹੀਂ, ਇੰਜਣ ਇਹ 2002 ਦਾ ਹੋਇਆ ਜੀ ਪਹਿਲਾਂ ਦਾ। 2002 ਦਾ ਉਵੇਂ ਚੱਲੀ ਜਾਂਦਾ? ਹਾਂ, ਉਸ ਤਰ੍ਹਾਂ ਚੱਲਦਾ। ਮਤਲਬ ਆਈਡੀਆ ਕਿਵੇਂ ਆਇਆ ਵੀ ਇੱਕ ਦਿਨ 4x4 ਕਰ ਦਈਏ ਤੇ ਪਿੱਛੋਂ ਵੀ ਚੇਂਜ ਕਰ ਦਈਏ? ਇਹ ਮਤਲਬ ਕਿ ਗੇਅਰ ਬੰਨੀ ਥੋੜੀ ਦਿੱਕਤ ਦੇ ਰਿਹਾ ਸੀ, ਗੇਅਰ ਇਹਦਾ ਡੈਮੇਜ ਹੋ ਗਿਆ ਕਿਉਂਕਿ ਕਾਫੀ ਪੁਰਾਣਾ ਹੈ ਨਾ, ਗੇਅਰ ਇਹਦਾ ਖਰਾਬ ਹੋ ਗਿਆ ਸੀ। ਬਾਈ ਫਿਰ ਇਹਦਾ ਫਰੰਟ ਵਾਲਾ ਹਿੱਸਾ ਕਿਹੜੀ ਚੀਜ਼ ਦਾ ਲਾਤਾ ਤੁਸੀਂ? ਇਹ ਜੌਂਡੀਅਰ ਹੈ ਜੀ, 50-50D ਦਾ। ਅੱਛਾ, ਜੌਂਡੀਅਰ 50-50D ਦਾ ਹਿੱਸਾ ਲਾਇਆ। ਹਾਂਜੀ ਵੀ ਦੋਸਤੋ, ਰਾਜਸਥਾਨ ਖੜ੍ਹੇ ਹਾਂ ਇਸ ਟਾਈਮ, ਜ਼ਿਲ੍ਹਾ ਪੈ ਜਾਂਦਾ ਹਨੂੰਮਾਨਗੜ੍ਹ। ਅਤੇ ਜਿਹੜਾ ਤੁਸੀਂ ਪਿੱਛੇ ਟਰੈਕਟਰ ਦੇਖ ਰਹੇ ਹੋ, 4x4 ਟਰੈਕਟਰ ਆ, ਕਿਸੇ ਕੰਪਨੀ ਦਾ, ਜਿਵੇਂ ਕਲੋਸ ਕਰਦਾ ਨਹੀਂ ਬਣਾਇਆ, ਬਾਅਦ ਵਿੱਚ ਬਣਾਇਆ ਗਿਆ 4x4 ਆ। ਅਤੇ ਰਾਜਸਥਾਨ ਵਾਲੇ ਵੀ ਬਾਈ ਗੱਲਬਾਤ ਬਣਾ ਕੇ ਛੱਡਦੇ ਹੈ ਨਾ, ਜਗਾੜੂ ਬਹੁਤ ਆ ਬੰਦੇ। ਅਤੇ ਜਗਾੜ ਨਹੀਂ ਕੀਤਾ ਹੋਇਆ ਟਰੈਕਟਰ ਦਾ, ਅਤੇ 4000 ਸਿਰੇ ਦਾ ਇੱਕੋ ਇੱਕ ਟਰੈਕਟਰ ਆ, ਹੋਰ ਤੁਸੀਂ 4x4 ਨਹੀਂ ਦੇਖਣ। ਤਾਂ ਬਾਈ ਗੁਰਪ੍ਰੀਤ ਆਪਣੇ ਨਾਲ ਹੋਊਗਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਬਾਈ? ਵਧੀਆ ਜੀ। ਆਪਣੀ ਪਹਿਲਾਂ ਲੋਕੇਸ਼ਨ ਜ਼ਰੂਰ ਦੱਸ ਦਿਓ ਵਰਕਸ਼ਾਪ ਦੀ। ਆਪਣਾ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਰੁਪਾਲ, ਰੁਪਾਲ ਹਾਈਡ੍ਰੋਲਿਕ ਹਨੂੰਮਾਨਗੜ੍ਹ ਜੰਕਸ਼ਨ ਜੀ। ਮਤਲਬ ਆਪਾਂ ਜਦੋਂ ਸੰਗਰੀਏ ਤੋਂ ਆਉਂਦੇ ਹਾਂ, ਬਾਰ ਬਾਰ ਹੀ ਆ ਜਾਂਦਾ ਨਾ ਪੁਲ ਕੋਲੇ। ਹਾਂਜੀ ਹਾਂ ਹਾਂ, ਇੱਥੇ ਆ ਕੇ ਰੁਕੇ ਸੀ। ਅਤੇ ਬਾਈ ਜੇ ਗੱਲ ਕਰੀਏ ਇਹਨੂੰ ਹੁਣ ਕਲੋਸ ਕਰਨ ਨੂੰ, ਤੁਸੀਂ ਇੱਕ ਜਿਉਂਦਾ ਹੀ ਰੱਖਿਆ ਹੈ ਨਾ, ਬਹੁਤ ਸਾਰੇ ਆਪਣਾ ਪੰਜਾਬ ਦੇ ਵਿੱਚ ਵੀ ਆ, ਇੱਧਰ ਵੀ ਕਲੋਸ ਕਰ ਆ ਜਿਹੜੇ ਟਰੈਕਟਰ ਆ, ਸਾਂਭ ਕੇ ਰੱਖੇ ਹੋਏ ਆ। ਜ਼ਿਆਦਾ ਇਹਨੂੰ ਦਿੱਕਤ ਆਉਂਦੀ ਆ ਗੇਅਰ ਦੀ ਵੀ, ਹੈ ਨਾ, ਗੇਅਰ ਕਰਕੇ ਮਤਲਬ ਵੇਚੇ ਨੇ ਪਏ ਆ। ਪਰ ਤੁਸੀਂ ਤਾਂ ਯਾਰ ਬਾਈ ਇਹਨੂੰ ਜਿਉਂਦਾ ਰੱਖਦਾ, ਇੱਕ ਤਾਂ 4x4 ਕਰਤਾ, ਅਤੇ ਪਿੱਛੋਂ ਵੀ ਮਤਲਬ ਕਹਿਣ ਵੀ ਵੱਖਰਾ ਹੀ ਇਹਦਾ ਢਾਂਚਾ ਬਣਾਤਾ, ਹੈ ਨਾ। ਅਤੇ ਆਈਡੀਆ ਕਿਵੇਂ ਆਇਆ ਵੀ ਇੱਕ ਦਿਨ 4x4 ਕਰ ਦਈਏ ਅਤੇ ਪਿੱਛੋਂ ਵੀ ਚੇਂਜ ਕਰ ਦਈਏ? ਇਹ ਮਤਲਬ ਕਿ ਗੇਅਰ ਬੰਨੀ ਥੋੜੀ ਦਿੱਕਤ ਦੇ ਰਿਹਾ ਸੀ, ਗੇਅਰ ਇਹਦਾ ਡੈਮੇਜ ਹੋ ਗਿਆ ਕਿਉਂਕਿ ਕਾਫੀ ਪੁਰਾਣਾ ਹੈ ਨਾ, ਗੇਅਰ ਇਹਦਾ ਖਰਾਬ ਹੋ ਗਿਆ ਸੀਗਾ, ਪਰ ਉਹਨਾਂ ਨੇ ਇਹਨੂੰ ਚੇਂਜ ਕਰਨਾ ਨਹੀਂ ਸੀ, ਟਰੈਕਟਰ ਇਹ ਦਾ ਰੱਖਣਾ ਸੀਗਾ। ਅੱਛਾ, ਕਰਕੇ ਕਿਹਾ ਵੀ ਆਪਾਂ ਇਹਨੂੰ ਮਤਲਬ ਜੱਦੀ ਟਰੈਕਟਰ ਹੈ। ਹਾਂ, ਕਿਹੜਾ ਮਾਡਲ ਹੈ ਇਹ? 1985 ਦਾ ਮਾਡਲ ਹੈ ਜੀ, 1985 ਮਾਡਲ ਆ। ਕਲੋਸ ਕਰ ਹੁਣ ਆਪਾਂ ਕਹਿ ਲਈਏ ਇਹਦਾ ਇੰਜਣ ਆ ਜਿਹੜਾ ਉਹ ਰਹਿ ਗਿਆ, ਹਨਾ, ਇੰਜਣ ਤੇ ਸ਼ੋ ਰੱਖੀ ਹੈ ਬਸ, ਮਤਲਬ ਕਿ ਦੇਖਣ ਜੇ ਕਲੋਸ ਕਰ ਲੱਗੇ, ਕਲੋਸ ਕਰ ਲੱਗੇ। ਹਾਂਜੀ ਹਾਂ, ਸ਼ੋ ਵੀ ਰੱਖ ਲਈ ਹੈ ਨਾ, ਤੇ ਸ਼ੋ ਦੇ ਵਿੱਚ ਵੀ ਕਾਫੀ ਚੇਂਜ ਕੀਤੇ ਹੋਈਆਂ, ਉਹ ਵੀ ਦੱਸਾਂਗੇ। ਤੇ ਬਈ ਫਿਰ ਇਹਦਾ ਫਰੰਟ ਵਾਲਾ ਹਿੱਸਾ ਕਿਹੜੀ ਚੀਜ਼ ਦਾ ਲਾਤਾ ਤੁਸੀਂ? ਇਹ ਜੌਂਡੀਅਰ ਹੈ ਜੀ, 50-50D ਦਾ। ਅੱਛਾ, ਜੌਂਡੀਅਰ 50-50D ਦਾ ਹਿੱਸਾ ਲਾਇਆ ਤੁਸੀਂ? ਹਾਂਜੀ ਹਾਂ, ਠੀਕ ਆ। ਤੇ ਫਿਰ ਬਈ ਚੁੱਲ੍ਹਾ ਵਗੈਰਾ ਵੀ ਚੇਂਜ ਕਰਨਾ ਪਿਆ ਹੋਊਗਾ? ਹਾਂਜੀ ਹਾਂ, ਮਤਲਬ ਕਿ ਇੰਜਣ ਰਹਿ ਗਿਆ, ਹੌਜ਼ਿੰਗ ਵੀ ਚੇਂਜ ਹੋ ਗਈ ਹੈ, ਔਰ ਪਿੱਛੋਂ ਹਿੱਸਾ ਵੀ ਚੇਂਜ ਹੋ ਗਿਆ। ਹਿੱਸੇ ਵਾਲਾ ਤਾਂ ਬਈ ਕਹਿ ਲਈਏ ਵੀ ਇਹਦਾ ਹੋਰ ਵੀ ਕਈ ਆਉਂਦੇ, ਜਿਵੇਂ ਸੋਨਾਲੀਕਾ ਦਾ ਆ ਗਿਆ ਜਾਂ ਕਿਸੇ ਵੀ ਕੰਪਨੀ ਦਾ ਲਾ ਲਗੇ, ਜੌਂਡੀਅਰ ਦੀ ਕਿਉਂ ਲਾਇਆ ਤੁਸੀਂ? ਆਪਾਂ ਇਹਨੂੰ ਕਰਨਾ 4-wheel ਸੀਗਾ ਜੀ, ਜੌਂਡੀਅਰ ਦੀ ਮਤਲਬ ਜ਼ਿਆਦਾ ਹੀ ਵਿਸ਼ਵਾਸ ਹੈ ਜੌਂਡੀਅਰ ਦੇ ਹਿੱਸੇ ਤੇ। ਅੱਛਾ ਜੀ, ਬਹੁਤ ਚੰਗਾ ਗੇਅਰ ਹੈ, ਚੰਗੀ ਕੁਆਲਿਟੀ ਹੈ, ਗੇਅਰ ਵਧੀਆ ਮੰਨਿਆ ਗਿਆ ਜੌਂਡੀਅਰ ਦਾ। ਹਾਂ, ਚੰਗੀ ਕੁਆਲਿਟੀ ਹੈ ਤਾਂ ਕਰਕੇ ਆਪਾਂ ਜੌਂਡੀਅਰ ਦਾ ਗੇਅਰ ਹੀ ਲਾਇਆ। ਠੀਕ ਹੈ। ਤੇ ਇਹਦਾ ਫਿਰ ਬਈ ਚੱਕਰ ਮਿਲ ਜਾਂਦੇ ਇਹਨਾਂ ਦੇ? ਬਹੁਤ ਸੋਹਣੀ ਮੈਚਿੰਗ ਹੈ ਜੀ। ਅੱਛਾ, ਕੋਈ ਦਿੱਕਤ ਨਹੀਂ ਇਹਦੇ, ਮਤਲਬ ਜੌਂਡੀਅਰ ਦੇ ਤਾਂ ਹਾਈ ਚੱਕਰਾਂ ਤੇ ਹੁੰਦਾ, ਹੈ ਨਾ? ਨਹੀਂ, ਕੋਈ ਦਿੱਕਤ ਨਹੀਂ ਇਹਦੀ, ਮਤਲਬ ਕਿ ਜੌਂਡੀਅਰ ਦਾ ਹਿੱਸਾ ਹੈਗਾ ਜਿਹੜਾ, ਉਹ ਵੀ ਹਾਈ ਸਪੀਡ ਹੁੰਦਾ ਵੈਸੇ ਤਾਂ, ਪਰ ਇੰਜਣ ਜਿਹੜਾ ਕਰਲੋਸ ਕਰਦਾ ਹੈ ਇਹ ਥੋੜ੍ਹਾ ਲੋਅ ਸਪੀਡ ਰਹਿੰਦਾ ਹੈ, ਬਹੁਤ ਵਧੀਆ ਕੰਬੀਨੇਸ਼ਨ ਰਹਿੰਦੀ ਹੈ। ਅੱਛਾ, ਪਲੱਸ 4-wheel ਦੀ ਕੰਬੀਨੇਸ਼ਨ ਵੀ ਬਹੁਤ ਵਧੀਆ ਇਹਦੀ, ਮਤਲਬ ਕਿ ਜਿਹੜੇ ਚੱਕਰ ਆ ਵੀ ਆਪਣੇ ਫਰੰਟ ਵਾਲੇ ਟਾਇਰ ਨਾਲ ਬਰਾਬਰ ਘੁੰਮਦੇ, ਬਿਲਕੁਲ ਸੇਮ, ਕੋਈ ਮਤਲਬ ਮੈਂ ਇਹ ਕਹਿ ਸਕਦੇ ਰੋਡ ਦੇ ਉੱਪਰ ਰੋਕ ਕੇ ਇਹਨੂੰ ਗੇਅਰ ਲਾ ਕੇ ਇਕੱਲਾ ਬੰਦਾ ਰੋੜ ਸਕਦਾ। ਠੀਕ ਹੈ, ਦੂਜੇ ਬੰਦੇ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਜੈਨੂਨ ਜਿਹਾ ਕੰਮ ਹੋ ਗਿਆ, ਕੋਈ ਜਗਾੜਬਾਜ਼ੀ? ਨਾ, ਜਗਾੜਬਾਜ਼ੀ ਨਹੀਂ ਹੈ ਕੋਈ ਵੀ।
ਅੱਛਾ ਠੀਕ ਆ ਵੀ ਇਹੀ ਜਿਹੜਾ ਹਿੱਸਾ ਪਿਆ ਪਿਆ ਡੀ ਵਾਲਾ ਤੇ ਪਿਛਲਾ ਹਿੱਸਾ ਵੀ ਪਿਆ। ਹਾਂ ਜੁਗਾੜ ਤਾਂ ਸੀ ਨਾ ਆਪਾਂ ਅਗਲਾ ਹਿੱਸਾ ਕੋਈ ਹੋਰ ਲਾਉਂਦੇ ਪਿੱਛੇ ਵਾਲਾ ਕੋਈ ਹੋਰ ਲਾਉਂਦੇ ਵਿੱਚ ਜੁਗਾੜ ਕਰਦੇ ਉਹ ਜੁਗਾੜ ਸੀਗਾ ਜੈਨੂਨ ਹੈ ਸਾਰੇ ਦਾ ਸਾਰਾ ਜੀ। ਠੀਕ ਆ ਤੇ ਬਈ ਇੰਜਣ ਦਾ ਕੰਮ ਵੀ ਕੀਤਾ ਹੋਊਗਾ ਫਿਰ ਤੁਸੀਂ? ਨਹੀਂ ਇੰਜਣ ਇਹ 2002 ਦਾ ਹੋਇਆ ਜੀ ਪਹਿਲਾਂ ਦਾ। 2002 ਦਾ ਉਹ ਵੀ ਚੱਲੀ ਜਾਂਦਾ ਉਸ ਤਰ੍ਹਾਂ ਚੱਲਦਾ ਮਤਲਬ ਬਹੁਤ ਸੋਹਣੀ ਇਹਦਾ ਬਈ ਨਾ ਇੱਕ ਚੀਜ਼ ਕਹਿੰਦੇ ਸੀ ਕਲੋਸ ਕਰਦਾ ਬਈ ਚੀਜ਼ ਮੰਨੀ ਗਈ ਆ ਵੀ ਯਾਰ ਬਹੁਤ ਵਧੀਆ ਚੀਜ਼ ਆ ਇਹ ਮਰਨ ਵਾਲੀ ਸੀ ਪਰ ਇਹਨੂੰ ਗੇਅਰ ਨੇ ਮਾਰਤਾ। ਇੰਜਣ ਦੇ ਮਾਮਲੇ 'ਚ ਕਰਲੋਸਕਰ ਬਹੁਤ ਵਧੀਆ ਜੀ ਇਹਨੂੰ ਮਾਰਿਆ ਗੇਅਰ ਨੇ ਮਾਰਿਆ ਮਤਲਬ ਗੇਅਰ ਥੋੜ੍ਹਾ ਠੀਕ ਠਾਕ ਹੀ ਸੀ ਇਹਦਾ ਜ਼ਿਆਦਾ ਨਹੀਂ ਚੱਲਣ ਵਾਲਾ ਸੀਗਾ। ਠੀਕ ਹੈ ਤੇ ਹੁਣ ਆਪਾਂ ਇਹਦਾ ਗੇਅਰ ਚੇਂਜ ਕਰਕੇ ਉਹ ਕਮੀ ਵੀ ਕੱਢਤੀ ਹੈ ਜੀ। ਉਹ ਵੀ ਕੱਢਤੀ ਹੈ ਇੱਕ ਇਹਦਾ ਮੈਂ ਬਈ ਇਹਦੇ ਹੈੱਡ ਦੇਖੇ ਸੀਗੇ ਹੈ ਨਾ ਹੈੱਡ ਵੀ ਆਮ ਨਾਲੋਂ ਵੱਖਰੇ ਹੁੰਦੇ ਆ ਉਹ ਮਾੜਾ ਜਿਹਾ ਦਿਖਾਉਂਗੇ ਇਹਦੇ ਵਿੱਚ ਨਾਲੇ ਸ਼ੋਅ ਤੋਂ ਆਪਾਂ ਦੇਖ ਲਈਏ ਹੈ ਨਾ ਅਤੇ ਲੈ ਆਹ ਵੀ ਚੱਕਦੀ ਕਰਤੀ ਬਾਈ ਯਾਰ ਇਹਨੇ ਸ਼ੋਅ ਅਤੇ ਬਾਕੀ ਇਹਦੇ ਵਿੱਚ ਤਾਂ ਰੇਡੀਏਟਰ ਵਗੈਰਾ ਹੁੰਦਾ ਹੀ ਨੀਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਅਤੇ ਇਹਦੇ ਬਈਆ ਟਰਬੋ ਵਗੈਰਾ ਕਿਵੇਂ? ਟਰਬੋ ਲਾਇਆ ਜੀ ਆਪਾਂ ਇਹਦੇ। ਲੋੜ ਪੈ ਗਈ ਸੀ ਇਹਨੂੰ ਲਾਉਣ ਦੀ ਬਾਈ? ਹਾਂ ਟਰਬੋ ਫਿਰ 4-wheel ਵਾਸਤੇ ਥੋੜੀ ਪਾਵਰ ਐਕਸਟਰਾ ਚਾਹੀਦੀ ਸੀ। ਵੈਸੇ ਇਹ ਹੁੰਦਾ ਕਿੰਨੇ ਆਸ ਪਾਵਰ ਦਾ ਮਤਲਬ 47 ਆਸ ਪਾਵਰ ਦਾ ਹੁੰਦਾ ਨਾ? 43 HP ਹੁੰਦਾ ਜੀ ਕਾਪੀ ਦੇ ਵਿੱਚ ਤਾਂ। ਹਾਂਜੀ ਉਵੇਂ ਹੁੰਦਾ 50 ਦੇ ਕਰੀਬ ਹੈਗਾ ਮਤਲਬ 50 ਦੇ ਕਰੀਬ ਜ਼ੋਰ ਮਾਰਦਾ। ਹਾਂਜੀ ਹਾਂ ਤੇ ਟਰਬੋ ਲਾ ਕੇ ਫਿਰ ਕਿੰਨੇ ਕੁ ਦਾ ਬਣ ਜਾਂਦਾ? ਹੁਣ ਕਰੀਬਨ 65-70 ਦੇ ਵਿੱਚ ਹੈ ਜੀ। 65-70 ਆਸ ਪਾਵਰ ਦੇ ਵਿੱਚ ਬਣ ਗਿਆ। ਹਾਂਜੀ ਠੀਕ ਹੈ ਤੇ 4x ਤੇ ਹੁਣ ਜਿਵੇਂ ਆਹ ਵੇਖਿਆ ਸੀਗਾ ਬਈ ਕੋਈ ਹੋਰ ਇੰਪਲੀਮੈਂਟ ਪਾ ਕੇ ਦੇਖਿਆ? 4-wheel ਦੇ ਵਿੱਚ ਤਾਂ ਪੂਰੀ ਦੀ ਪੂਰੀ ਪਰਫਾਰਮੈਂਸ ਦੇਊਗਾ ਮਤਲਬ ਕਿ ਪੂਰਾ 70-70 ਜੇ ਕਹਿ ਸਕਦੇ ਆ 70-70 ਹੀ ਕੰਮ ਦੇਊਗਾ। ਠੀਕ ਆ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਹਦਾ ਜਿਹੜਾ ਇੰਜਨ ਆ 2002 ਦਾ ਕੀਤਾ ਹੋਇਆ ਕਿ 2002 ਦਾ ਕੀਤਾ ਹੋਇਆ ਜੀ ਉਦੋਂ ਦਾ ਕੰਮ ਹੋਇਆ ਹੋਇਆ ਤੇ ਬਈ ਇਹਦਾ ਪੰਪ ਵਗੈਰਾ ਜਿਹੜਾ ਕਿਵੇਂ ਇਹਦਾ ਵੱਖਰਾ ਲੱਗਦਾ? ਪੰਪ ਇਹਦਾ ਹੈ ਤਾਂ ਇਨਲਾਈਨ ਹੀ ਪੰਪ ਜੋ ਇਹਦੇ ਨਾਲ ਆਇਆ ਹੋਇਆ ਸੀ ਪਰ ਥੋੜਾ ਇਹਨੂੰ ਮੋਡੀਫਿਕੇਸ਼ਨ ਇਹਦੀ ਵੀ ਕਰਤੀ ਹੈ। ਠੀਕ ਹੈ ਇਹਨੂੰ ਆਪਾਂ ਉਹ ਡਾਇਫਰਮ ਕਰਦਾ ਜੀ ਡਾਇਫਰਮ ਕਰਦਾ ਠੀਕ ਹੈ ਕਿਉਂਕਿ ਇਹਦੇ ਨਾਲ ਟਰਬੋ ਦੇ ਨਾਲ ਇਹਦੀ ਪਰਫਾਰਮੈਂਸ ਬਹੁਤ ਵਧੀਆ ਰਹਿੰਦੀ ਹੈ। ਵਧੀਆ ਰਹਿੰਦੀ ਆ ਟਰਬੋ ਕਰਕੇ ਕਰਨਾ ਪੈਂਦਾ ਟਰਬੋ ਕਰਕੇ ਬਹੁਤ ਚੇਂਜ ਕਰਨਾ ਪੈਂਦਾ ਟਰਬੋ ਨਾਲ ਪੰਪ ਆ ਕਾਮਯਾਬ ਹੈ ਇਹਦੇ ਨਾਲ ਟਰਬੋ ਕਾਮਯਾਬ ਹੈ। ਅੱਛਾ ਦੋਨਾਂ ਦਾ ਕੰਬੀਨੇਸ਼ਨ ਦੋਨਾਂ ਦਾ ਕੰਬੀਨੇਸ਼ਨ ਬਿਲਕੁਲ ਤੇ ਫਿਰ ਇਹ ਜਿਹੜਾ ਬਈ ਬਣਾ ਕੇ ਲਾਉਣਾ ਪੈਂਦਾ ਜਾਂ ਆ ਜਾਂਦਾ ਫਿੱਟ ਉਵੇਂ? ਨਹੀਂ ਜੀ ਇਹ ਤਾਂ ਬਣਾ ਕੇ ਲਾਇਆ ਹੋਇਆ ਸਾਰਾ। ਅੱਛਾ ਇਹ ਮਤਲਬ ਆ ਜੋੜ ਵੀ ਬਣਾ ਕੇ ਲਾਇਆ ਹੋਇਆ? ਠੀਕ ਹੈ ਇੱਥੋਂ ਵੀ ਜੋੜ ਇਹਦਾ ਪਲੇਟਾਂ ਬਣਾ ਕੇ ਲਾਈਆਂ ਹੋਈਆਂ। ਠੀਕ ਆ ਐਂ ਨਹੀਂ ਕਿ ਲਿਆ ਕੇ ਕਸਤਾ ਤਾਂ ਸੌਖਾ ਫਿੱਟ ਹੋ ਜੂਗਾ? ਬਹੁਤ ਮਤਲਬ ਕਿ ਬਹੁਤ ਮਿਹਨਤ ਕੀਤੀ ਇਹਦੇ ਉੱਤੇ ਤੇ ਪਿਛਲਾ ਹਿੱਸਾ ਤਾਂ ਕਹਿ ਲਈਏ ਵੀ ਹੁਣ ਕੋਈ ਝਾਕਣ ਦੀ ਲੋੜ ਹੀ ਨਹੀਂ ਪਿੱਛੇ। ਇੱਕ ਇੱਕ ਚੀਜ਼ ਵਧੀਆ ਦੇਖ ਪਰਖ ਕੇ ਫਿਰ ਲਾਈਏ ਤਾਂ ਕਿ ਮਤਲਬ ਕਿ ਕੱਲ੍ਹ ਨੂੰ ਕੋਈ ਦਿੱਕਤ ਨਾ ਆਵੇ। ਠੀਕ ਹੈ ਅਤੇ ਪਿੱਛੋਂ ਬਾਈ ਦੇਖੀਏ ਆਪਣਾ ਹਿੱਸਾ ਵਗੈਰਾ ਲੈਫਟ ਕਪੈਸਿਟੀ ਜਿਹੜੀ ਉਹ ਪਿਆ ਪਿਆ ਡੀ ਸਾਰਾ ਮੈਨੂੰ ਲੱਗਦਾ ਪਿੱਛੋਂ ਤਾਂ ਫਿਰ ਉਹੀ ਹੋ ਗਿਆ। ਬਸ ਇੱਥੋਂ ਲੈ ਕੇ ਪਿੱਛੇ ਸਾਰਾ ਜੌਂਡੀਅਰ ਜੀ ਜਿਵੇਂ ਪਰਫਾਰਮੈਂਸ ਜੌਂਡੀਅਰ ਦੀ ਹੈ ਸਾਰਾ ਕੁਝ ਸੇਮ ਹੀ ਹੈ ਜੀ ਇਹਦਾ। ਉਵੇਂ ਚੱਲੂਗਾ ਉਵੇਂ ਚੱਲਣਾ ਜੀ ਤੇ ਟਾਇਰ ਬਾਈ ਇਹਦੇ ਫਿਰ ਜਿਹੜੇ ਜੌਂਡੀਅਰ ਦੇ ਆਉਂਦੇ ਆ ਦੂਸਰੇ ਵਾਲੇ ਤੇ ਇਹਦੇ 14 ਵਾਲੀ ਪਾਏ 14 ਦੇ ਪਾਏ ਟਾਇਰ ਆਪਾਂ ਇਹਦੇ। ਠੀਕ ਆ ਤਾਂ ਕਿ ਗੇਅਰ ਨੂੰ ਵੀ ਕੋਈ ਦਿੱਕਤ ਨਾ ਆਵੇ ਜ਼ਿਆਦਾ ਟਾਇਰ ਇਹਦੇ ਨਾਲ ਮਤਲਬ ਸੂਟ ਕਰਦਾ ਚੱਕਰ ਫਿਰ ਵਧੀਆ ਕਈ ਵਾਰੀ ਹੁੰਦਾ ਨਾ ਆਪਾਂ ਟਾਇਰ ਵੱਡੇ ਪਾ ਦਿੰਦੇ ਆ ਤੇ ਉਹਦੇ ਨਾਲ ਫਿਰ ਟਾਇਰ ਕਿਤੇ ਬੰਨ ਲੱਗ ਜਾਂਦਾ 14 ਟਾਇਰ ਪਾਏ ਵੀ ਗੇਅਰ ਨੂੰ ਵੀ ਦਿੱਕਤ ਨਾ ਆਵੇ। ਠੀਕ ਆ ਬਾਈ ਪਾਇਆ 4x4 ਬਣਾਇਆ ਹਨਾ ਪਰ ਆਪਣੇ ਕੋਲੇ ਅੱਜ ਹਾਲ ਕਿਵੇਂ ਛੋਟੇ ਤੇ ਹਾਲ ਬਸ ਉਹ ਕੁਦਰਤੀ ਬਸ ਮੌਕਾ ਹੀ ਇਹਦਾ ਮਿਲਿਆ ਹਾਲ ਵੀ ਆਪਾਂ ਨੂੰ ਵਾਲੇ ਵਧੀਆ ਨਹੀਂ ਮਿਲੇ। ਹਾਂ ਥੋੜੇ ਜਿਹੇ ਬਹੁਤ ਘੱਟ ਡੂੰਘੇ ਜਾਂਦੇ ਉੱਤੇ ਵੇਟ ਕਲ ਜ਼ਮੀਨਾਂ ਕਰੀਬਨ ਕਰੀਬਨ ਬੀਜੀਆਂ ਗਈਆਂ ਹਨਾ ਬਿਲਕੁਲ ਆ ਸਾਨੂੰ ਨਾ ਮਤਲਬ ਇੱਥੇ ਆ ਦਿਖਾ ਦੇਣਾ ਇੱਕ ਜਗ੍ਹਾ ਮਿਲੀ ਆਪਾਂ ਨੂੰ ਸੀਗਾ ਵਾ ਕੇ ਤੇ ਪਰਫਾਰਮੈਂਸ ਵਧੀਆ ਰਹੀ ਹੈ ਨਾ ਉੱਤੇ ਭਾਏ ਬੰਦੇ ਹਨਾ ਜਿੰਨਾ ਕੁ ਆਪਦਾ ਵਿਚਾਰਾ ਜ਼ੋਰ ਲਾਉਂਦਾ ਪੂਰਾ ਲਾ ਕੇ ਆਪਦਾ ਪਰਫਾਰਮੈਂਸ ਚੈੱਕ ਕਰਵਾ ਰਿਹਾ ਨਾ ਸਹੀ ਆ ਤੇ ਬਾਕੀ ਆ ਪਿੱਛੋਂ ਲੈਫਟ ਕਪੈਸਿਟੀ ਇਹਦੀ ਮਤਲਬ 1800 KG ਦੀ ਹੁੰਦੀ ਹੈ ਨਾ ਬਾਈ? ਹਾਂ 1800 KG ਹੈ ਜੀ। ਹਾਂ 1800 KG ਦੀ ਹੋ ਗਈ ਆ ਤੇ ਬਾਈ ਜੀ ਫਿਰ ਇਹਦਾ ਆਹ ਇੰਸਟਰੂਮੈਂਟ ਕਲਸਟਰ ਵਗੈਰਾ ਵੀ ਉਹੀ ਰੱਖਿਆ ਕਿ ਚੇਂਜ ਕੀਤਾ? ਨਹੀਂ ਸਾਰਾ ਕੁਝ ਚੇਂਜ ਹੋ ਗਿਆ ਜੀ। ਆਹ ਕੀ ਚੀਜ਼ ਆ ਬਾਈ? ਇਹ ਲਾਇਆ ਜੀ ਆਪਾਂ ਇਹਨੂੰ ਸਟੀਅਰਿੰਗ ਨੂੰ ਐਡਜਸਟੇਬਲ ਕਰਨ ਵਾਸਤੇ। ਅੱਛਾ ਐਡਜਸਟੇਬਲ ਸਟੀਅਰਿੰਗ ਵੀ ਕਰਤਾ ਹੈ? ਹਾਂ ਠੀਕ ਆ ਠੀਕ ਆ ਇੱਥੋਂ ਆਪਾਂ ਜਿਹੜੇ ਹਿਸਾਬ ਨਾਲ ਬੈਠਣਾ ਥੋੜ੍ਹਾ ਟਾਈਟ ਹੈ। ਹਾਂ 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 ਠੀਕ ਹੈ ਤੇ ਇਹ ਮੈਨੂੰ ਐਂ ਨਹੀਂ ਸਮਝਣ ਦੀ ਬਈ ਕਿਵੇਂ ਮੜਗਾੜ ਵੀ ਹੈ ਨਹੀਂ ਜਾਂ ਕਿਵੇਂ ਜੇ ਲਈ ਫਿਰਦੇ ਹੁਣ? ਮੜਗਾੜ ਨਵੇਂ ਲਾਉਣੇ ਆ ਜੀ ਬਸ ਤਿਆਰ ਹੋਣ ਵਾਲੇ ਮਤਲਬ ਟੈਸਟਿੰਗ ਤੇ ਹਜੇ। ਹਾਂ ਟੈਸਟਿੰਗ ਤੇ ਹਲੇ ਤਾਂ ਕੰਮ ਕਾਫੀ ਬਾਕੀ ਪਿਆ ਇਹਦਾ। ਅੱਛਾ ਹਲੇ ਹੁੱਡ ਵਗੈਰਾ ਲਾਉਣੇ ਮਤਲਬ ਕਿ ਕਾਫੀ ਕੰਮ ਪਿਆ ਹਲੇ ਤਾਂ। ਠੀਕ ਹੈ
ਤੇ ਟਾਈਮ ਕਿੰਨਾ ਕੁ ਲੱਗ ਗਿਆ ਬਾਈ? ਟਾਈਮ ਕਰੀਬਨ ਕਰੀਬਨ ਲੱਗ ਹੀ ਗਿਆ, 3 ਮਹੀਨੇ ਦੇ ਕਰੀਬ ਲੱਗ ਗਿਆ ਜੀ। ਠੀਕ ਹੈ, ਜੇ ਮੰਨ ਲਾ ਕੋਈ ਹੋਰ ਵੀ ਤਿਆਰ ਕਰਵਾਉਣਾ ਚਾਹੁੰਦਾ ਵੈਸੇ ਅੰਦਾਜ਼ਾ ਵੀ ਕਿੰਨਾ ਕੁ ਟਾਈਮ ਲੱਗ ਸਕਦਾ? ਟਾਈਮ ਤਾਂ ਕੰਮ ਦੇ ਹਿਸਾਬ ਨਾਲ ਹੈ, ਜਿੰਨਾ ਕੁ ਮਤਲਬ ਜਿਸ ਤਰ੍ਹਾਂ ਦਾ ਕੰਮ ਆਪਾਂ ਨੂੰ ਦਿੰਦਾ ਬੰਦਾ ਕਸਟਮਰ, ਆਪਾਂ ਉਸੇ ਹਿਸਾਬ ਨਾਲ ਉਹਦਾ ਟਾਈਮ ਲੱਗਣਾ ਜੀ। ਉਹਦਾ ਟਾਈਮ ਲੱਗਣਾ, ਠੀਕ ਹੈ। ਤੇ ਇਹ ਪਾਵਰ ਸਟੀਅਰਿੰਗ ਵਗੈਰਾ ਫਿਰ ਤੁਸੀਂ ਕੀਤਾ ਬਈ ਜੀ? ਜਿਹੜਾ ਹਾਈਡ੍ਰੋਲਿਕ ਹੈ ਜੀ। ਠੀਕ ਹੈ, ਇੱਕ ਇਹਦੀ ਬਈ ਹਾਈ ਸਪੀਡ ਹੈ ਇਹ ਸੈਲਫ, ਬੜੀ ਨਿੱਕੀ ਛੋਟੀ ਜੀ ਲੱਗੀ ਹੋਈ ਹੈ, ਇਹ ਸੈਲਫ ਚੇਂਜ ਕੀਤਾ ਜੀ ਇਹਦਾ। ਠੀਕ ਹੈ, ਇਹਦਾ ਆਪਦਾ ਸੈਲਫ ਥੋੜਾ ਲੰਬਾ ਰਹਿੰਦਾ ਕਿਉਂਕਿ ਜਿਹੜਾ ਇਹਦਾ ਲਿਫਟ ਪੰਪ ਹੁੰਦਾ ਉਹ ਛੋਟੇ ਵਾਲਾ ਹੀ ਹੁੰਦਾ। ਅੱਛਾ ਬਈ, ਸਿੰਗਲ ਹੁੰਦਾ, ਸਿੰਗਲ ਆਲਾ ਹੋ ਗਿਆ ਨਾ ਆਪਣੇ? ਸੌਰੀ, ਇੱਕ ਤਾਂ ਪਾਵਰ ਸਟੀਅਰਿੰਗ ਕੀਤਾ ਉਹ ਅਲੱਗ ਤੋਂ ਹੋ ਗਿਆ, ਬਲਾਉਣਾ ਪਿਆ। ਠੀਕ ਹੈ, ਉਹਦੇ ਵਾਸਤੇ ਸੈਲਫ ਜਿਹੜਾ ਇਹਦਾ ਖੁਦ ਦਾ ਸੈਲਫ ਉਹ ਲੱਗਦਾ ਨਹੀਂ ਇਹਦੇ। ਠੀਕ ਹੈ, ਤੇ ਬੈਟਰੀ ਵਗੈਰਾ ਸਾ ਫਰੰਟ ਤੇ ਅੱਗੇ ਆ ਜਾਂਦੀ ਹੈ ਤੇ ਬਾਕੀ ਇਹਦੀ ਸ਼ੋ ਬਈ ਮਤਲਬ ਦਾ ਕਾਫੀ ਲੰਮੀ ਨਹੀਂ ਹੁੰਦੀ ਸ਼ੋ? ਹਾਂ, ਉੱਚੀ ਵੀ ਜ਼ਿਆਦਾ ਹੁੰਦੀ ਹੈ ਜੀ, ਤਕਰੀਬਨ ਇੰਨੀ ਉੱਚੀ ਹੁੰਦੀ ਹੈ। ਠੀਕ ਹੈ, ਹਾਂ, ਇਹਨੂੰ ਕੱਟ ਕੇ ਛੋਟੀ ਕੀਤੀ ਹੈ। ਠੀਕ ਹੈ, ਔਰ ਲੰਬੀ ਵੀ ਜ਼ਿਆਦਾ ਹੁੰਦੀ ਹੈ, ਜੇ ਆਪਾਂ ਇਹਨੂੰ ਕਹਿ ਸਕਦੇ ਵੀ ਜੋਨ ਡੀਅਰ ਤੋਂ ਲੰਬਾ ਆ ਗਿਆ, ਕਰਲੋਸਕਰ ਤੋਂ ਛੋਟਾ ਹੋ ਗਿਆ। ਕਰਲੋਸਕਰ ਤੋਂ ਛੋਟਾ ਹੋ ਗਿਆ, ਹਾਂਜੀ ਬਿਲਕੁਲ। ਤੇ ਜੇ ਆਪਾਂ ਹੁਣ ਰੰਗ ਦੀ ਗੱਲ ਕਰੀਏ ਤਾਂ ਫਿਰ ਇਹਨੂੰ ਆਹੀ ਰੰਗ ਰੱਖਣਾ ਜਾਂ ਕੋਈ ਹੋਰ ਵੀ ਸੋਚਿਆ? ਰੰਗ ਕਰਲੋਸਕਰ ਦਾ ਹੀ ਕਰਨਾ ਜੀ ਰੱਖਣਾ, ਮਤਲਬ ਕਰਲੋਸਕਰ ਜਿਹੜਾ ਸੀਰੀਜ਼ ਦਾ ਸੀਗਾ 4006 ਹੈ ਨਾ, ਉਹੀ ਸੀਰੀਜ਼ ਦਾ ਜਿੰਦਾ ਰੱਖਣਾ ਪਏ, ਮਤਲਬ ਦੇਖਣ ਨੂੰ ਐਂ ਲੱਗੇ ਵੀ ਕਰਲੋਸਕਰ ਹੀ ਖੜਾ ਹੈ, ਕਰਲੋਸਕਰ ਹੀ ਖੜਾ। ਹਾਂ, ਮਤਲਬ ਆਪਾਂ ਇਹਦੇ ਕੋਈ ਉਹ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਜੁਗਾੜਬਾਜ਼ੀ ਜਾਂ ਕੋਈ ਐਕਸਟਰਾ ਕੁਝ ਨਹੀਂ ਕਰਨਾ, ਜੈਨੂਨ ਚੀਜ਼ ਹੀ ਰੱਖਣੀ ਹੈ ਸਾਰੀ। ਲਾਂਬੇ ਲਾਤੇ ਜਿਹੜੇ ਸੀਗੇ ਤੇ ਗੇਰਾਂ ਗੁਰਾਂ ਵਾਲੇ, ਇੱਕ ਬਾਈ ਟਰੈਕਟਰ ਹੋਰ ਵੀ ਸੀ ਤੁਹਾਡੇ ਉੱਥੇ ਖੜਾ ਸੀਗਾ ਨਾ, ਮੈਨੂੰ ਲੱਗਦਾ ਪਿੱਛੋਂ ਹਿੱਸਾ ਚੇਂਜ ਕੀਤਾ ਹੋਇਆ ਸੀ ਤੇ ਫਰੰਟ ਵਾਲਾ ਵੀ ਕੀਤਾ ਹੋਇਆ ਸੀਗਾ ਉਹਦਾ, ਉਹਦੇ ਆਪਣਾ ਮਹਿੰਦਰਾ ਦਾ ਲਾਇਆ ਹੋਇਆ ਜੀ। ਅੱਛਾ, ਉਹ ਵੀ ਕਰ ਦਿੰਦੇ ਆ? ਹਾਂ ਜੀ, ਉਹ ਵੀ ਹੋ ਜਾਂਦਾ। ਮੈਂ ਹੁਣ ਸਮਝ, ਜਿਵੇਂ ਸਾਡੇ ਪੰਜਾਬ ਦੇ ਵਿੱਚ HMT 6611 ਦੇ ਮਿਸਤਰੀ, ਹਾਂਜੀ, ਰਾਜਸਥਾਨ ਦੇ ਹੁਣ ਕਰਲੋਸਕਰ ਵਾਲੇ ਕਹਿ ਲਏ ਕਿ ਆਲਰਾਊਂਡਰ ਹੀ ਹੈ। ਆਲਰਾਊਂਡਰ ਹੀ ਹੈ ਜੀ, ਹੈ ਆਲਰਾਊਂਡਰ ਹੀ ਕਹਿ ਸਕਦੇ ਹਾਂ, ਜਿਹੜਾ ਟਰੈਕਟਰ ਮਰਜ਼ੀ ਲਿਓ, ਜਿਹੜਾ ਮਰਜ਼ੀ ਲਿਓ ਜੀ। ਪਰ ਮੈਂ ਤਾਂ ਇਹ ਕਹੂੰਗਾ ਵੀ ਮੈਂ ਤਾਂ ਸਪੈਸ਼ਲ ਵੀਡੀਓ ਬਾਈ ਕਰਲੋਸਕਰ ਵਾਲੀ ਪਾਈ ਆ, ਟਰੈਕਟਰ ਜਿਹੜਾ ਮਰਜ਼ੀ ਲਿਓ ਮਿਸਤਰੀ ਕੋਲ ਹਰੇਕ ਮਤਲਬ ਕਰ ਸਕਦਾ ਹੈ ਨਾ ਕੰਮ, ਪਰ ਮੈਂ ਅੱਜ ਕਰਲੋਸਕਰ ਵਾਲੀ ਪਾਈ ਆ, ਜਿਹੜੇ ਭਰਾਵਾਂ ਕੋਲ ਕਰਲੋਸਕਰ ਟਰੈਕਟਰ ਹੈਗੇ ਆ ਆ ਬਾਈ ਕੋਲੇ ਲੈ ਆਇਓ ਅੱਖਾਂ ਮੀਚ ਕੇ, ਕੋਈ ਚੱਕਰ ਨਹੀਂ ਗਾ। ਦੇਖੋ ਤੁਸੀਂ 4x4 ਕੀਤਾ, ਟੈਸਟਿੰਗ ਵੀ ਕਰਕੇ ਦਿਖਾਈ ਆ ਬਾਈ, ਜਿਹੜਾ ਆਪਾਂ 4x4 ਲਾ ਕੇ ਦਿਖਾਇਆ ਜਾਂ ਬਿਨਾਂ 4x4 ਤੋਂ ਹੈ ਨਾ, 2-wheel ਡਰਾਈਵ ਦੇ ਵਿੱਚ ਵੀ ਚਲਾ ਕੇ ਦਿਖਾਇਆ, ਪਰਫੋਰਮੈਂਸ ਸਾਰੀ ਚੈੱਕ ਕਰਵਾਈ ਆ, ਕੋਈ ਇਹੋ ਜਿਹਾ ਹੈ ਨਹੀਂ ਗਾ ਵੀ ਦਿੱਕਤ ਲੱਗਦੀ ਹੈ, ਅਤੇ ਬਾਕੀ ਸੋਹਣਾ ਕੰਮ ਕੀਤਾ ਹੋਇਆ ਹੈ ਨਾ। ਅਤੇ ਬਾਕੀ ਮੈਂ ਨੰਬਰ ਦਿੱਤਾ ਹੋਇਆ ਸਕਰੀਨ 'ਤੇ, ਜੇ ਤੁਸੀਂ ਟਰੈਕਟਰ ਤਿਆਰ ਕਰਵਾਉਣਾ ਕਿਸੇ ਤਰ੍ਹਾਂ ਦਾ ਵੀ ਹੈ, ਜ਼ਰੂਰੀ ਨਹੀਂ ਕਰਲੋਸਕਰ ਹੀ ਆ, ਜਾਂ ਹੋਰ ਬਾਈ ਕਿਹੜੇ ਜ਼ਿਆਦਾ ਤੁਹਾਡੇ ਇੱਧਰ ਟਰੈਕਟਰ ਹੁੰਦੇ ਆ? ਆਪਣੇ ਸਾਰੇ ਚੱਲਦੇ ਜੀ, ਰਾਜਸਥਾਨ 'ਚ ਸਾਰੇ ਹੀ ਹੈ। ਠੀਕ ਹੈ, ਹਾਂਜੀ, ਹਾਂ, ਬਾਕੀ ਜਿਹੜੇ ਕਰਲੋਸਕਰ ਦੇ ਸ਼ੌਕੀਨ ਆ ਉਹ ਤਾਂ ਕਰਲੋਸਕਰ ਹੀ ਰੱਖਦੇ ਆ, ਕਿਉਂਕਿ ਇਹਦੀ ਕੁਆਲਿਟੀ ਥੋੜ੍ਹੀ। ਹੁਣ ਤਾਂ ਕਿੰਨੇ ਕੁ ਕਰਤੇ ਬਾਈ ਕਰਲੋਸਕਰ? ਕਰਲੋਸਕਰ ਮੇਰੇ ਖਿਆਲ ਤੀਜਾ ਟਰੈਕਟਰ ਹੋਣਾ ਸ਼ਾਇਦ, ਤੀਜਾ ਜਾਂ ਚੌਥਾ ਕਰੀਬਨ। ਠੀਕ ਹੈ, ਪਹਿਲਾਂ ਮੈਨੂੰ ਲੱਗਦਾ ਪਹਿਲਾਂ 4x4 ਇਹੀ ਆ, 4x4 ਪਹਿਲਾਂ ਹੀ ਹੈ ਜੀ। ਠੀਕ ਹੈ, ਮੈਨੂੰ ਲੱਗਦਾ ਹੋਰ ਤਾਂ ਨਹੀਂ ਹੋਣਾ ਬਾਈ 4000 ਸੀਰੀਜ਼ ਦਾ? ਨਹੀਂ, 4006 ਤਾਂ ਕੋਈ ਨਹੀਂ 4x4 ਆਇਆ। ਠੀਕ ਹੈ, ਹਾਂ, ਆਹੀ ਕੀਤਾ ਆਪਾਂ, ਮੈਂ ਵੀ ਇੱਕੋ ਇੱਕ ਹੀ ਆ ਇੰਡੀਆ ਦੇ ਵਿੱਚ, ਇਹ ਤੁਹਾਨੂੰ ਮੰਨਣਾ ਹੀ ਪੈਣਾ, ਅਤੇ ਹੋਰ ਬਿਸ਼ੱਕ ਦੀ ਜਿੰਨੇ ਮਰਜ਼ੀ ਹੋਣ, ਅਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਬਾਕੀ ਬਾਈ ਬਹੁਤ ਬਹੁਤ ਧੰਨਵਾਦ, ਅਤੇ ਜੇ ਕੋਈ ਜਾਣਕਾਰੀ ਰਹੇਗੀ ਹੋਈ ਤਾਂ ਬਾਈ ਨਾਲ ਕਾਲ ਕਰ ਲਿਓ, ਸਾਡਾ ਮਕਸਦ ਦਾ ਜਾਣਕਾਰੀ ਦੇਣਾ, ਅਤੇ ਚੰਗੀ ਲੱਗੀ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਧੰਨਵਾਦ ਜੀ।